ਬਹੁਤ ਵੱਡੀ ਅਦਭੁਤ ਗਵਾਹੀ ਆ ਪਾਸਟਰ ਜੀ। ਇਹ ਸਿਸਟਰ ਦੱਸ ਰਹੇ ਨੇ ਕਿ ਇਹਨਾਂ ਨੂੰ 10 ਸਾਲ ਤੋਂ ਰੀੜ੍ਹ ਦੀ ਹੱਡੀ 'ਚ ਪ੍ਰੋਬਲਮ ਸੀ ਔਰ ਕੰਮ ਕਰਨ 'ਚ ਵੀ ਪ੍ਰੋਬਲਮ ਆਉਂਦੀ ਸੀ। ਅੱਜ ਜਦ ਇਹਨਾਂ ਦੇ ਲਈ ਪ੍ਰੋਫੈਸੀ ਹੋਈ ਇਹਨਾਂ ਨੇ ਕਿਸੇ ਕਮਰ ਕੀ ਇੱਕ ਦਰਦ ਹੈ, ਰੀੜ੍ਹ ਕੀ ਹੱਡੀ ਕੀ ਦਰਦ, ਉਹ ਗਿਰਨੇ ਕੇ ਕਾਰਨ ਉਸੇ ਹੋਤੀ ਹੈ। ਇਸ ਸਾਈਡ ਮੇਂ ਇੱਕ ਬਹਿਨ ਹੈ ਜਿਸਕੋ ਵੋ ਦਰਦ ਹੈ, ਪ੍ਰਭੂ ਕਾ ਆਤਮਾ ਉਸ ਬਹਿਨ ਕੀ ਕਮਰ ਕੋ ਸ਼ੂ ਕਰਕੇ ਆਜ ਉਸ ਦਰਦ ਸੇ ਉੱਚੇ ਆਜ਼ਾਦ ਕਰ ਰਹਾ ਹੈ। ਉਹ ਆਪਣਾ ਹੱਥ ਆਪਣੀ ਕਮਰ ਪਰ ਰੱਖੇ, ਇੱਕ ਟੀਮ ਮੈਂਬਰ ਜਾ ਕੇ ਉਸਕੀ ਕਮਰ ਪਰ ਆਪਣਾ ਹੱਥ ਰੱਖੇ ਔਰ ਪ੍ਰਭੂ ਤੁਰੰਤ ਉਸੇ ਆਜ਼ਾਦ ਕਰੇਗਾ ਬਿਮਾਰੀ ਸੇ। ਜਿਸਕੀ ਕਮਰ ਮੇਂ ਦਰਦ ਹੈ ਵੋ ਗਿਰਨੇ ਕੇ ਕਾਰਨ ਉਨਕੋ ਪੇਨ ਰਹਿਤੀ ਹੈ, ਆਜ ਖੁਦਾਵੰਦ ਕਾ ਹੱਥ ਉਸ ਬਹਿਨ ਕੋ ਛੂ ਰਹਾ ਹੈ ਔਰ ਚੰਗਾ ਕਰ ਰਹਾ ਹੈ। ਜਿਸਕੀ ਵੀ ਕਮਰ ਮੇਂ ਦਰਦ ਹੈ ਵੋ ਆਪਣਾ ਹੱਥ ਹਾਲੇਲੂਯਾ ਪਿੱਛੇ ਕਮਰ ਰੱਖੇਗੇ, ਦੂਸਰੀ ਬਹਿਨ ਜਾ ਕਰਕੇ ਉਸਕੀ ਬੈਕ ਪੇ ਹੱਥ ਰੱਖੇਗੇ ਔਰ ਪ੍ਰਾਰਥਨਾ ਕਰਨਾ ਸ਼ੁਰੂ ਕਰ। ਪਵਿੱਤਰ ਪਰਮੇਸ਼ਰ ਇਸ ਬਹਿਨ ਕੋ ਛੂ, ਇਸਕੇ ਬੈਕ ਪੇ ਨਾ ਰਬਾਲਾ ਸ਼ੰਡਲਾ ਰਮਨ ਥਲਾ ਰਬੌੜਾਲਾ ਇਸ ਜੀਸਸ ਫ੍ਰੀ ਹੋ ਜਾਓ ਉਸ ਦਰਦ ਸੇ ਰਾਈਟ ਨਾਉ ਇਨ ਜੀਸਸ ਨੇਮ। ਰਿਸੀਵ ਕੀਤਾ ਇਸ ਗੱਲ ਨੂੰ ਔਰ ਪਰਮੇਸ਼ਵਰ ਨੇ ਨੂੰ ਛੂ ਲਿਆ। ਕੀ ਕਰਨਾ ਆਪਕੋ ਮੁਸ਼ਕਲ ਥਾ? ਇਹ ਪਾਸਟਰ ਜੀ ਮੇਰਾ ਇਹ ਸਾਰੇ ਰੀਲ ਕੱਢੀ ਦਰਦ ਹੋਤਾ। ਕਬ ਸੇ ਹੋ ਰਹਾ ਥਾ? 10 ਸਾਲ ਹੋ ਗਿਆ। ਕੀ ਹੁਆ ਥਾ? ਗਿਰ ਗਏ ਥੇ ਆਪ? ਗਿਰ ਗਏ ਤਾਂ ਨਹੀਂ ਪਤਾ। ਹਾਂ ਨਹੀਂ ਗਿਰੇ ਥਾ। ਦਰਦ ਤੋਂ 10 ਸਾਲ ਹੋਤਾ ਥਾ। ਕੀ ਕਰਨਾ ਮੁਸ਼ਕਲ ਕੀ ਥਾ ਕਰਨਾ ਆਪਕੋ? ਮੇਰਾ ਨਾ ਨੀਵੇਂ ਹੋਣਾ ਮੁਸ਼ਕਲ ਜੋ ਕੁਛ ਹੋ ਜਾ ਨੀਵੇਂ ਹੋ ਜਾਓ। ਚੁਕੋ ਜਰਾ ਚੁਕੋ। ਅਬ ਤੋ ਕੁਛ ਵੀ ਨਹੀਂ ਹੁਆ, ਫਿਰ ਹੋ ਜਾਓ, ਹੋਤੇ ਜਾਓ। 10 ਵਾਰ ਹੋ ਜਾਓ। 10 ਸਾਲ 10 ਵਾਰ, 3, 4, 5, 6, 7, 8, 9, and 10। ਆਮੇਨ। ਅਬ ਬੋਲੋ ਦਰਦ ਹੁਆ? ਅਬ ਇਸਸੇ ਬੜਾ ਚੱਕਿਆ ਕਰੋਗੇ ਆਪ? ਹਾਂਜੀ। ਥੋੜਾ ਉਛਲ ਕੇ ਦਿਖਾਓ, ਉਛਲੋ ਜਰਾ, ਜੰਪ ਕਰੋ।